ਮਾਮਲਾ 1991 ਦਾ, 33 ਸਾਲ ਹੋ ਗਏ ਤੇ ਹਜੇ ਮਾਮਲਾ ਕੋਰਟ 'ਚ ਹੈ ਤੇ ਪਰਿਵਾਰ ਇਨਸਾਫ ਲਈ ਦੌੜ ਭੱਜ ਕਰ ਰਿਹਾ। ਤਰਾਸਦੀ ਹੈ, ਜੇ ਹੋਇਆ ਤੇ ਫਿਰ 33 ਸਾਲ ਤੁਸੀਂ ਕਾਹਦਾ ਇਨਸਾਫ ਹੈ? ਮੈਂ ਤਾਂ ਨਹੀਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਇਹ ਇਨਸਾਫ ਹੈ। ਇਹਨਾਂ ਨੂੰ ਲੱਗਿਆ ਕਿ ਜਿਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ ਉਹਨਾਂ ਦਾ ਕਿਤੇ ਨਾ ਕਿਤੇ ਲਿੰਕ ਬਲਵੰਤ ਸਿੰਘ ਨਾਲ ਹੈਗਾ, ਤੇ ਇਹਨਾਂ ਨੇ ਬਲਵੰਤ ਸਿੰਘ ਜੂਨੀਅਰ ਇੰਜੀਨੀਅਰ ਸੀ, IAS ਦੇ ਅਫਸਰ ਦੇ ਬੇਟੇ ਸੀ, ਉਹਨੂੰ ਚੁੱਕ ਲਿਆ ਮਾਝੇ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ, ਜੋ ਉਹਦੇ ਬ੍ਰਦਰ ਦੇ ਐਲੀਗੇਸ਼ਨ ਵਿੱਚ ਟਾਰਚਰ ਕੀਤਾ ਗਿਆ, ਉੱਥੇ ਮਰ ਗਿਆ ਉਹ। ਬਾਅਦ 'ਚ ਇਹਨਾਂ ਨੇ ਲਾਸ਼ ਨੂੰ ਖੁਰਦ ਬੁਰਦ ਕਰ। ਗੁਰਮੀਤ ਸਿੰਘ ਪਿੰਕੀ ਨੂੰ ਸਜ਼ਾ ਹੋਈ, ਸਜ਼ਾ ਹੋਈ ਦੇ ਵਿੱਚ ਉਹਨੂੰ ਬਹਾਲ ਕਰਤਾ, ਤਾਂ ਰੌਲਾ ਪੈ ਗਿਆ ਤੇ ਉਹਦੀ ਬਹਾਲੀ ਵਾਪਸ ਲੈ ਲਈ, ਤੇ ਬਹਾਲ ਵੀ ਕਿੰਨਾ ਦੀ ਸਰਕਾਰ 'ਚ ਕੀਤਾ ਗਿਆ। ਤੇ ਕਹਿੰਦਾ ਜੀ ਇਹਨਾਂ ਨੂੰ ਅਸੀਂ ਚੁੱਕ ਲਿਆ, ਚੁੱਕ ਕੇ ਤੇ ਅਸੀਂ ਸੁਮੇਧ ਸਿੰਘ ਸੈਣੀ ਹੋਰਾਂ ਕੋਲ ਭੇਜਤਾ, ਤੇ ਸੈਣੀ ਨੇ ਅੱਜ ਕਿਹਾ ਵੀ ਜਾਓ ਤੁਸੀਂ ਇਹ 10,000 ਫੜੋ, ਅੱਜ ਆਪਣੀ ਪਾਰਟੀ ਪੂਰਟੀ ਮਨਾਓ, ਇਹਨਾਂ ਨੂੰ ਘੋੜੀ ਜਿਹੜਾ ਉਹ ਕਵਰਪਾਲ ਚੜੂਗਾ। ਕਹਿੰਦਾ ਅਗਲੇ ਦਿਨ ਸਵੇਰੇ ਅਖਬਾਰ ਪੜ੍ਹੀ ਕਿ ਇਹਨਾਂ ਦਾ ਇਨਕਾਊਂਟਰ ਹੋ ਗਿਆ ਤਿੰਨਾਂ ਦਾ। ਪਿੰਕੀ ਜੇ ਗਲਤ ਹੋਊਗਾ ਤੇ ਪਿੰਕੀ ਗਲਤ ਹੋਊਗਾ, ਸੁਮੇਧ ਸਿੰਘ ਸੈਣੀ ਸਹੀ ਹੋ ਸਕਦੇ ਨੇ, ਲੇਕਿਨ ਗੱਲ ਇਹ ਗਲਤਾ ਹੋਈ ਹੈ ਨਾ। ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਜਾ ਕੇ ਆਪਣੇ ਗੁਨਾਹ ਕਬੂਲਦੇ ਪਏ ਨੇ, ਇਹ ਸਾਰਾ ਪੇਚਾ ਚੱਲਿਆ ਕਿੱਥੋਂ ਹੈ? ਜਿਹਦੇ ਉੱਤੇ IAS ਅਫਸਰ ਦੇ ਮੁੰਡੇ ਨੂੰ ਕਿਡਨੈਪ ਕਰਕੇ ਕਤਲ ਦਾ ਦੋਸ਼ ਹੈ, ਜਿਹਦੇ ਉੱਤੇ ਪ੍ਰੋਫੈਸਰ ਰਜਿੰਦਰ ਸਿੰਘ ਬੁਲਾਰਾ ਤੋਂ ਲੈ ਕੇ ਕਈ ਹੋਰ ਕੇਸ ਹੋਣੇ ਜਿਹੜੇ ਅਣਸੁਲਝੇ, ਉਹਨਾਂ 'ਤੇ ਕਤਲ ਦੇ ਦੋਸ਼ ਲੱਗਦੇ ਪਏ ਨੇ, ਤੁਸੀਂ ਉਹਨਾਂ ਨੂੰ DGP ਪੰਜਾਬ ਲਾ ਰਹੇ ਹੋ। ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਵਾਸਤੇ ਬੁਰੀ ਖਬਰ ਕੱਲ੍ਹ ਹੀ ਆ ਗਈ ਸੀ ਜਦੋਂ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਔਰ ਉਸ ਅਪੀਲ ਦੇ ਰੱਦ ਹੋਣ ਤੋਂ ਬਾਅਦ ਇੱਕ ਵਿਸ਼ੇਸ਼ ਮਾਮਲਾ ਸਾਹਮਣੇ ਆਇਆ, ਜਿਸ ਬਾਰੇ ਇੱਕ ਸਮੇਂ ਦੇ ਉੱਤੇ ਪਿੰਕੀ ਕੈਟ ਵੀ ਪੂਰੀ ਕਹਾਣੀ ਵਿਸਥਾਰਪੂਰਵਕ ਦੱਸ ਚੁੱਕਿਆ ਹੋਇਆ। ਪਰ ਇਸ ਮਾਮਲੇ ਨੂੰ ਲੈ ਕੇ ਸੁਮੇਧ ਸੈਣੀ ਕਿਉਂ ਸੁਪਰੀਮ ਕੋਰਟ ਗਏ, ਇਹ ਮਾਮਲਾ ਕੀ ਸੀ, ਸੁਮੇਧ ਸੈਣੀ ਦੇ ਨਾਲ ਕਿਸ ਤਰ੍ਹਾਂ ਜੁੜਦਾ ਆ, ਬਹੁਤਿਆਂ ਨੂੰ ਇਹ ਦੱਸਣਾ, ਇਹ ਸਮਝਾਉਣਾ ਲਾਜ਼ਮੀ ਹੈ, ਕਿਉਂਕਿ ਇਹ ਜਿਹੜਾ ਮਾਮਲਾ ਹੈ ਜਿਸ ਦੇ ਵਿੱਚ ਸੁਮੇਧ ਸਿੰਘ ਸੈਣੀ ਫਸੇ ਹੋਏ ਸੀ ਜਾਂ ਜਿਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਗਏ ਸੀ, ਇਸ ਦੇ ਨਾਲ ਇੱਦਾਂ ਦੇ ਅਨੇਕਾਂ ਮਾਮਲੇ ਨੇ ਜਿਨ੍ਹਾਂ ਦੇ ਇਲਜ਼ਾਮ ਸੁਮੇਧ ਸੈਣੀ ਦੇ ਉੱਤੇ ਵਕਤ ਤੋਂ ਵਕਤ ਲੱਗਦੇ ਰਹੇ ਨੇ, ਔਰ ਸ਼ਾਇਦ ਆਉਂਦੇ ਸਮੇਂ ਤੱਕ ਲੱਗਦੇ ਵੀ ਰਹਿਣਗੇ। ਖੈਰ, ਉਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਨੇ, ਉਸ ਪੁਰਾਣੇ ਮਾਮਲੇ ਬਾਰੇ ਉਹ ਕੀ ਜਾਣਦੇ ਨੇ, ਔਰ ਸਾਡੇ ਤੱਕ ਕੀ ਪਹੁੰਚਾ ਸਕਦੇ। ਡਾਕਟਰ ਸਾਹਿਬ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਅੱਛਾ ਡਾਕਟਰ ਸਾਹਿਬ, ਬਲਵੰਤ ਸਿੰਘ ਜਿਹੜਾ ਕਥਿਤ ਕਤਲ ਮਾਮਲਾ ਦੱਸਿਆ ਜਾ ਰਿਹਾ ਜਿਹ 'ਚ ਸੁਮੇਧ ਸੈਣੀ ਦਾ ਨਾਮ ਆਉਂਦਾ, ਉਹ ਮਾਮਲਾ ਕਿਸ ਤਰ੍ਹਾਂ ਮਤਲਬ ਹੋਂਦ ਵਿੱਚ ਆਇਆ, ਉਹਦੇ ਬਾਰੇ ਜੋ ਕੁਝ ਵੀ ਦੱਸਣਾ ਜ਼ਰੂਰੀ ਹੈਗਾ, ਮੈਂ ਕਹਿੰਦਾ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ, ਖਾਸ ਕਰਕੇ ਸੁਮੇਧ ਸਿੰਘ ਸੈਣੀ ਦਾ ਜਿਹੜਾ ਕੋਰਟ ਕੇਸ ਹੈਗਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਕੋਰਟ ਕੇਸ ਤਾਂ ਇਹ ਹੈਗਾ ਜੀ, ਸੁਪਰੀਮ ਕੋਰਟ ਨੇ ਇਹਨੇ ਆਪਣੀ ਪਟੀਸ਼ਨ ਸੁਮੇਧ ਸਿੰਘ ਸੈਣੀ ਹੋਰਾਂ ਨੇ ਪਾਈ ਸੀ ਕਿ ਮੇਰੀ ਜਿਹੜੀ FIR ਇਹ ਦਰਜ ਹੋਈ ਹੈ ਇਹਨੂੰ ਕੁਐਸ਼ ਕਰਤਾ ਜਾਵੇ, ਇਹਨੂੰ ਰੱਦ ਕਰਤਾ ਜਾਵੇ। ਅਤੇ ਜਿਹੜਾ ਇਹਦੇ ਵੱਲੋਂ ਵਕੀਲ ਐਡਵੋਕੇਟ ਸਾਹਿਬਾਨ ਪੇਸ਼ ਹੋਏ, ਉਹਨਾਂ ਨੇ ਦਲੀਲ ਰੱਖੀ ਆ ਬਈ ਇਹ ਇੱਕ ਸਨਮਾਨਜਨਕ ਅਧਿਕਾਰੀ ਹੈ, ਕਿਤੇ ਨਹੀਂ ਇਹ ਜਾ ਸਕਦਾ, ਅਤੇ ਇਹਨੂੰ ਆਪਾਂ ਜਿਹੜਾ ਵੈ ਇਹਦੇ ਨਾਲ ਪੋਲੀਟੀਕਲੀ ਰੰਜਿਸ਼ ਦੇ ਕਾਰਨ ਇਹ ਮਾਮਲਾ ਜਿਹੜਾ ਇਹ 'ਤੇ ਦਰਜ ਕੀਤਾ ਗਿਆ ਔਰ ਇਹਨੂੰ ਰੱਦ ਕੀਤਾ ਜਾਵੇ। ਸੁਪਰੀਮ ਕੋਰਟ ਨੇ ਖਾਰਜ ਕਰਤੀ, ਉਹਨਾਂ ਨੇ ਕਿਹਾ ਜਾ ਕੇ ਆਪਣਾ ਟ੍ਰਾਇਲ ਨੂੰ ਥੱਲੇ ਫੇਸ ਕਰੋ, ਜੇ ਕੋਈ ਪ੍ਰੋਬਲਮ ਆਉਂਦੀ ਫਿਰ ਦੇਖਾਂਗੇ। ਪਰ ਗੱਲ ਸਾਹਿਬ ਸਿੰਘ ਜੀ, ਮੈਂ ਤਾਂ ਇਹ ਸੋਚ ਰਿਹਾ ਸੀ ਬੈਠਾ ਯਾਰ, ਜੂਨੀਅਰ ਇੰਜੀਨੀਅਰ ਸੀ ਸਰਦਾਰ ਬਲਵੰਤ ਸਿੰਘ, ਔਰ ਸਭ ਤੋਂ ਵੱਡੀ ਗੱਲ ਉਹਦੇ ਫਾਦਰ IAS ਔਫੀਸਰ ਸੀ, ਅਤੇ ਉਹਨੂੰ ਚੱਕ ਲਿਆ ਗਿਆ ਅਤੇ ਚੱਕ ਕੇ
ਜਿਹੜਾ ਬਾਅਦ ਦੇ ਵਿੱਚ ਮਾਝੇ ਦੇ ਇੱਕ ਪੁਲਿਸ ਸਟੇਸ਼ਨ 'ਚ ਡੀ ਡੀ ਆਰ ਦਰਜ ਕਰਤੀ ਗਈ ਹੈ, ਫਰਾਰ ਹੋ ਗਿਆ ਕਸਟਡੀ 'ਚੋਂ। ਔਰ ਉਹਦੇ ਪਰਿਵਾਰ ਦਾ ਦੋਸ਼ ਹੈ ਕਿ ਇਹਨੂੰ ਮਾਰਤਾ, ਵਿੱਚ ਜਿਹੜੇ ਦੋ ਮੁਲਾਜ਼ਮ ਸੀ ਉਹਨਾਂ ਨੇ ਗਵਾਹੀ ਵੀ, ਉਹ ਗਵਾਹ ਵੀ ਬਣ ਗਏ ਅਤੇ ਉਸ ਤੋਂ ਬਾਅਦ ਇਹ ਮਾਮਲਾ ਖੁੱਲ੍ਹ ਗਿਆ। ਗੱਲ ਇਹ ਹੈ ਕਿ ਮਾਮਲਾ 1991 ਦਾ, ਕਿੰਨੇ ਸਾਲ ਹੋ ਗਏ, 9 ਅਤੇ 25 24 33 ਸਾਲ ਹੋ ਗਏ ਅਤੇ ਹਜੇ ਮਾਮਲਾ ਕੋਰਟ 'ਚ ਹੈ ਅਤੇ ਪਰਿਵਾਰ ਇਨਸਾਫ ਲਈ ਦੌੜ ਭੱਜ ਕਰ ਰਿਹਾ, ਧੱਕੇ ਖਾ ਰਿਹਾ। 33 ਸਾਲ ਜ਼ਿੰਦਗੀ ਦੇ ਸੰਘਰਸ਼ 'ਤੇ ਬੀਤ ਗਏ। ਮੂੰਹ ਨਾਲ ਕਹਿਣਾ ਸੌਖਾ ਹੁੰਦਾ, 33 ਦੀਵਾਲੀਆਂ ਨਿਕਲ ਗਈਆਂ, 33 ਦੁਸ਼ਹਿਰੇ ਨਿਕਲ ਗਏ, 33 ਵਿਸਾਖੀਆਂ ਨਿਕਲ ਗਈਆਂ। ਔਰ ਹਜੇ ਵੀ ਅੱਗੋਂ ਕਿੰਨਾ ਟਾਈਮ ਕੋਰਟਾਂ 'ਚ ਨਿਕਲਣਾ, ਕਿਉਂਕਿ ਹਜੇ ਹੇਠਲੀ ਕੋਰਟ ਦੇ ਵਿੱਚ ਟਰਾਇਲ ਹੋਣਾ ਉਹਦਾ, ਉਹਦੇ 'ਚ ਅੱਗੋਂ ਜੱਜ ਸਾਹਿਬਾਨ ਕੀ ਫੈਸਲਾ ਦਿੰਦੇ ਆ, ਫਿਰ ਉਸ ਤੋਂ ਬਾਅਦ ਉਹਦੇ ਉੱਤੇ ਸੈਸ਼ਨ ਕੋਰਟ ਹੈ, ਫਿਰ ਹਾਈ ਕੋਰਟ ਹੈ, ਫਿਰ ਸੁਪਰੀਮ ਕੋਰਟ ਹੈ। ਤੁਸੀਂ ਹਿਸਾਬ ਲਗਾਓ ਕਿੰਨੇ ਸਾਲ ਬੀਤ ਸਕਦੇ। ਔਰ ਇਹ ਤ੍ਰਾਸਤੀ ਹੈ, ਇਹਨੂੰ ਤ੍ਰਾਸਤੀ ਕਹਾਂਗੇ ਆਪਾਂ ਜੇ ਹੋਇਆ ਤਾਂ? ਫਿਰ 33 ਸਾਲ ਤੁਸੀਂ ਕਾਹਦਾ ਇਨਸਾਫ ਹੈ ਯਾਰ? ਮੈਂ ਤਾਂ ਨਹੀਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਇਹ ਇਨਸਾਫ ਹੈ। ਉਹ ਜਸਟਿਸ ਡਿਲੇਡ, ਜਸਟਿਸ ਡਿਨਾਈਡ ਵਾਲੀ ਗੱਲ ਹੈ ਨਾ। ਗਵਾਹ ਮੁਕਰ ਜਾਣੇ, ਗਵਾਹ ਮਰ ਜਾਣੇ, ਮਤਲਬ ਘੁਮਾ ਦਿੱਤਾ ਕੇਸ ਨੂੰ। ਜਦੋਂ ਸੁਮੇਧ ਸਿੰਘ ਸੈਣੀ ਐਸ ਐਸ ਪੀ ਚੰਡੀਗੜ੍ਹ ਸੀਗੇ, 90 ਦੀ ਗੱਲ ਹੈ, ਅਤੇ ਬੰਬ ਬਲਾਸਟ ਹੋਇਆ ਸੀ ਉਦੋਂ, ਅਤੇ ਇਹਨਾਂ ਦੇ 4 ਜਵਾਨ ਜਿਹੜੇ ਆ ਉਹ ਮਾਰੇ ਗਏ ਸਨ ਅਤੇ ਇਹ ਆਪ ਜ਼ਖਮੀ ਹੋ ਗਏ ਸਨ। ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਜਿਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ ਉਹਨਾਂ ਦਾ ਕਿਤੇ ਨਾ ਕਿਤੇ ਲਿੰਕ ਬਲਵੰਤ ਸਿੰਘ ਨਾਲ ਹੈਗਾ, ਅਤੇ ਇਹਨਾਂ ਨੇ ਬਲਵੰਤ ਸਿੰਘ ਜੂਨੀਅਰ ਇੰਜੀਨੀਅਰ ਸੀ, IAS ਦੇ ਅਫਸਰ ਦੇ ਬੇਟੇ ਸੀ, ਉਹਨੂੰ ਚੁੱਕ ਲਿਆ, ਚੁਕਾ ਕੇ ਅਤੇ ਉਹਨੂੰ ਮਾਝੇ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ, ਜੋ ਉਹਦੇ ਬ੍ਰਦਰ ਦੇ ਐਲੀਗੇਸ਼ਨ ਵੀ ਟਾਰਚਰ ਕੀਤਾ ਗਿਆ, ਉੱਥੇ ਮਰ ਗਿਆ ਉਹ। ਬਾਅਦ 'ਚ ਇਹਨਾਂ ਨੇ ਲਾਸ਼ ਨੂੰ ਖੁਰਦ ਬੁਰਦ ਕਰਤਾ। ਉਹ ਜਿਹੜੇ ਦੋ ਜਵਾਨ ਸੀਗੇ ਥਾਣੇ ਦੇ, ਉਹ ਬਾਹਰ ਨਿਕਲੇ ਅਤੇ ਸੈਣੀ 'ਤੇ ਮਾਮਲਾ ਦਰਜ ਹੋ ਗਿਆ। ਔਰ ਮਾਮਲਾ ਵੀ 4 ਸਾਲ ਪਹਿਲਾਂ ਦਰਜ ਹੋਇਆ। ਔਰ ਸੈਣੀ ਨੇ ਜਦੋਂ ਮਾਮਲਾ ਦਰਜ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ, ਬੜਾ ਰੌਲਾ ਪਾਇਆ ਕਿ ਇਹ ਪੋਲੀਟੀਕਲੀ ਰਾਜਨੀਤਿਕ ਰੰਜਿਸ਼ ਕੱਢੀ ਗਈ ਹੈ, ਮੇਰੇ 'ਤੇ ਦੋਸ਼ ਲਾਏ ਗਏ ਨੇ। ਅਤੇ ਜਿਹੜਾ ਮਾਮਲਾ ਹੁਣ ਕੋਰਟਾਂ ਦੇ ਵਿੱਚ ਹੈ, ਕੋਰਟਾਂ ਨੇ ਅੱਗੋਂ ਗਵਾਹੀਆਂ ਲੈਣੀਆਂ, ਕ੍ਰੋਸ ਐਗਜ਼ਾਮੀਨੇਸ਼ਨ ਹੋਣੀ ਹੈ, ਪ੍ਰੋਸੀਕਿਊਸ਼ਨ ਦੇ ਵਕੀਲਾਂ ਨੇ ਬੋਲਣਾ, ਦੂਜੇ ਪਾਸੇ ਸਰਕਾਰੀ ਵਕੀਲਾਂ ਨੇ ਦਲੀਲਾਂ ਦੇਣੀਆਂ, ਉਸ ਤੋਂ ਬਾਅਦ ਜੱਜ ਸਾਹਿਬਾਨ ਨੇ ਫੈਸਲਾ ਕਰਨਾ। ਲੇਕਿਨ ਗੱਲ ਇਹ ਹੈਗੀ ਹੈ ਕਿ ਇੰਨੇ ਸਾਲ ਪਰਿਵਾਰ ਦੇ ਨਾਲ, ਮਤਲਬ ਜਿਹੜੀ ਤਸੱਦਦ ਉਦੋਂ ਹੋਈ ਆ, ਦੇਖੋ ਬੱਚਾ ਤਾਂ ਉਹਨਾਂ ਦਾ ਗਿਆ, ਗਏ ਤਾਂ ਗੁਰਦੇਵ ਸਿੰਘ ਕੌਂਕੇ ਵੀ ਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥਾ ਗਏ ਤਾਂ ਉਹ ਵੀ ਆ, ਉਹਨਾਂ ਦੇ ਪਰਿਵਾਰ ਨੂੰ ਅੱਜ ਇਨਸਾਫ ਕਿੱਥੇ ਮਿਲਿਆ ਹਜੇ? ਉਹ ਇਹ 1991 ਦੀ ਗੱਲ ਹੈ, ਉਹ 1900 ਥੋੜ੍ਹੇ ਦੋ ਤਿੰਨ ਸਾਲ ਬਾਅਦ ਦੀ ਗੱਲ ਹੈ, ਮੇਰਾ ਖਿਆਲ 95 ਦੀ ਗੱਲ ਹੈ। ਸੋ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਪੰਜਾਬ 'ਚ ਜਦੋਂ ਅੱਤਵਾਦ ਦਾ ਦੌਰ ਸੀ, ਪੁਲਿਸ ਨੂੰ ਖੁੱਲ੍ਹਾ ਹੈਂਡ ਦਿੱਤਾ ਗਿਆ ਸੀ, ਜਿਹਨੂੰ ਆਪਾਂ ਇੰਗਲਿਸ਼ 'ਚ ਵਰਡ ਕਹਿੰਦੇ ਫਰੀ ਹੈਂਡ, ਖੁੱਲ੍ਹੀ ਆਜ਼ਾਦੀ। ਉਸ ਆਜ਼ਾਦੀ ਖੁੱਲ੍ਹੀ ਦੇ ਵਿੱਚ ਪੁਲਿਸ ਵੱਲੋਂ ਫੇਕ ਐਨਕਾਊਂਟਰ ਵੀ ਕੀਤੇ ਗਏ, ਕਾਫੀ ਸਜ਼ਾਵਾਂ ਵੀ ਹੋਈਆਂ ਤੁਹਾਡੇ ਸਾਹਮਣੇ, ਔਰ ਕਾਫੀ ਗੱਲਾਂ ਨਿਕਲ ਕੇ ਵੀ ਆਈਆਂ, ਜਸਵੰਤ ਸਿੰਘ ਖਾਲੜਾ ਹੋਰਾਂ ਦੀ ਨਿਕਲ ਕੇ ਆਈ,
ਜਥੇ ਦਾ ਗੁਰਦੇਵ ਸਿੰਘ ਕੌਂਕੇ ਦੀਆਂ ਗੱਲਾਂ ਨਿਕਲ ਕੇ ਆਈਆਂ, ਕਿੰਨੇ ਹੀ ਡੀ ਐੱਸ ਪੀ ਅੰਦਰ ਜੇਲ੍ਹਾਂ 'ਚ ਬਾਅਦ ਵਿੱਚ ਫੇਕ ਐਨਕਾਊਂਟਰ 'ਚ ਗਏ, ਹੁਣ ਵੀ ਸੀ ਬੀ ਆਈ ਨੇ ਸਜ਼ਾ ਕੀਤੀ ਪਿੱਛੇ ਜੀ, ਰਿਟਾਇਰ ਹੀ ਹੋ ਚੁੱਕੇ ਆ ਸਾਰੇ, ਇਹਦੇ 'ਚੋਂ ਵੀ ਸਾਰੇ ਹੀ ਰਿਟਾਇਰ ਹੋ ਚੁੱਕੇ ਆ ਜਿੰਨੇ ਇਹਨਾਂ ਦੇ ਨਾਲ ਸੀ ਸੁਮੇਧ ਸਿੰਘ ਸੈਣੀ ਦੇ, ਅਨੋਖ ਸਿੰਘ ਤੋਂ ਲੈ ਕੇ ਜਿੰਨੇ ਇੰਸਪੈਕਟਰ ਸੀ, ਜਿੰਨੀ ਟੀਮ ਸੀ, ਸਾਰੀ ਰਿਟਾਇਰ ਹੋ ਚੁੱਕੀ ਆ। ਯਾਰ ਗੱਲ ਇਹ ਹੈ ਕਿ ਜਿਹੜਾ ਲਾਅ ਹੈ, ਜਿਹੜਾ ਕਾਨੂੰਨ ਹੈ, ਜਿਹੜੀ ਤਸ਼ੱਦਦ ਹੈ, ਉਹ ਤਸ਼ੱਦਦ ਜਿਹੜੀ ਹੈ ਇੰਨੇ ਸਾਲ ਕੋਰਟਾਂ 'ਚ ਲਟਕੀ ਰਹੂਗੀ ਜਾਂ ਇੰਨੇ ਸਾਲ ਬਾਅਦ ਵੀ ਜਸਟਿਸ ਨਹੀਂ ਮਿਲੂਗਾ ਅਤੇ ਲੋਕਾਂ ਦੇ ਵਿੱਚ ਜਿਹੜਾ ਵਾ ਇੱਕ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਡਿੱਗਦਾ। ਪਰ ਸੁਪਰੀਮ ਕੋਰਟ ਨੇ ਜਿਹੜਾ ਰੱਦ ਕੀਤੀ ਉਹਦੇ ਨਾਲ ਪਰਿਵਾਰ 'ਚ ਇੱਕ ਆਸ਼ਾ ਵੀ ਜਗੀ ਹੋਣੀ ਆ ਕਿ ਐੱਫ ਆਈ ਆਰ ਕੁਐਸ਼ ਨਹੀਂ ਹੋਈ ਅਤੇ ਬਚ ਗਈ ਹੈ ਅਤੇ ਇਹ 'ਚ, ਕਿਉਂਕਿ ਇਸ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਰਾਹਤ ਵੀ ਮਿਲ ਗਈ ਸੀਗੀ। ਸੋ ਉਹਨਾਂ ਨੇ ਉਹੀ ਅਪੀਲ ਦਲੀਲ ਦੇ ਕੇ ਕੀਤਾ ਸੀ ਵੀ ਇਹਨੂੰ ਕੁਐਸ਼ ਕਰ ਦਿਓ, ਪਰ ਉਹਨਾਂ ਨੇ ਕਿਹਾ ਵੀ ਇਹਨੂੰ ਫੇਸ ਕਰੋ। ਹੁਣ ਅੱਗੋਂ ਹਜੇ ਗਵਾਹ ਆਉਣੇ ਆ, ਕਈ ਕੁਛ ਹੋਣਾ ਵਾ ਅਤੇ ਉਹ ਟਾਈਮ ਲੱਗਦਾ। ਔਰ ਇੱਦਾਂ ਹੀ ਦੇਖੋ ਤੁਸੀਂ ਉਹ ਜਿਹੜਾ ਕੇਸ ਗੁਰਮੀਤ ਸਿੰਘ ਪਿੰਕੀ ਦਾ ਤੁਸੀਂ ਨਾਂ ਲੈ ਰਹੇ ਸੀ, ਉਹ ਵੀ ਹੁਣ ਤਾਂ ਮੌਤ ਹੋ ਚੁੱਕੀ ਉਹਦੀ, ਲੇਕਿਨ ਜਿੰਨਾ ਪਿੰਕੀ ਨੇ ਅੱਤਵਾਦ ਦੇ ਦੌਰਾਨ ਪੂਰਾ ਅਫਸਰਾਂ ਦੇ ਨਾਲ ਰਲ ਕੇ ਜੋ ਪੰਜਾਬ 'ਚ ਕੀਤਾ ਉਹ ਕਿਸੇ ਕੋਲ ਲੁਕਿਆ ਨਹੀਂ ਹੈਗਾ। ਬਾਅਦ 'ਚ ਉਹੀ ਅਫਸਰਾਂ ਦੇ ਬਾਰੇ ਖੁਲਾਸੇ ਕਰਨ ਲੱਗ ਗਏ ਅਤੇ ਉਹੀ ਬਾਅਦ ਦੇ ਵਿੱਚ ਪਿੰਕੀ ਨੂੰ ਧਮਕੀਆਂ ਵੀ ਆਈਆਂ, ਇਸੇ ਕਰਕੇ ਇਹਨੂੰ ਬਹਾਲ ਵੀ ਕਰਤਾ ਸੀ। ਤੁਹਾਨੂੰ ਪਤਾ ਇੱਕ ਵਾਰ ਗੁਰਮੀਤ ਸਿੰਘ ਪਿੰਕੀ ਨੂੰ ਸਜ਼ਾ ਹੋਈ, ਸਜ਼ਾ ਹੋਈ ਦੇ ਵਿੱਚ ਉਹਨੂੰ ਬਹਾਲ ਕਰਤਾ ਤਾਂ ਰੌਲਾ ਪੈ ਗਿਆ ਅਤੇ ਉਹਦੀ ਬਹਾਲੀ ਵਾਪਸ ਲੈ ਲਈ, ਅਤੇ ਬਹਾਲ ਵੀ ਕਿੰਨਾ ਦੀ ਸਰਕਾਰ 'ਚ ਕੀਤਾ ਗਿਆ। ਆਪਾਂ ਅੱਜ ਪੋਲੀਟੀਕਲ ਗੱਲ ਨਹੀਂ ਕਰਨੀ, ਕੋਈ ਆਪਾਂ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ, ਬਹਾਲ ਕਿੰਨਾ ਦੀ ਸਰਕਾਰ 'ਚ ਕੀਤਾ ਗਿਆ ਇਹ ਸਭ ਨੂੰ ਪਤਾ। ਫਿਰ ਤੁਸੀਂ ਦੇਖੋ ਪਿੰਕੀ ਨੇ ਕਿੰਨਾ ਵੱਡਾ ਖੁਲਾਸਾ ਕੀਤਾ ਰੌਂਗਟੇ ਖੜ੍ਹਾ ਕਰ ਦੇਣ ਵਾਲਾ, ਪ੍ਰੋਫੈਸਰ ਰਜਿੰਦਰ ਸਿੰਘ ਬੁਲਾਰਾ ਦਾ, ਉਹਦੇ ਨਾਲ ਇੱਕ ਦਸਵੀਂ ਦਾ ਸੀਗਾ ਮੁੰਡਾ, ਅਤੇ ਕਹਿੰਦਾ ਜੀ ਇਹਨਾਂ ਨੂੰ ਅਸੀਂ ਚੁੱਕ ਲਿਆ, ਚੁੱਕ ਕੇ ਅਤੇ ਅਸੀਂ ਸੁਮੇਧ ਸਿੰਘ ਸੈਣੀ ਹੋਰਾਂ ਕੋਲ ਭੇਜਤਾ, ਅਤੇ ਸੈਣੀ ਨੇ ਅੱਜ ਕਿਹਾ ਵੀ ਜਾਓ ਤੁਸੀਂ ਇਹ 10,000 ਫੜੋ, ਅੱਜ ਆਪਣੀ ਪਾਰਟੀ ਪੂਰਟੀ ਮਨਾਓ, ਇਹਨਾਂ ਨੂੰ ਘੋੜੀ ਜਿਹੜਾ ਉਹ ਕਵਰਪਾਲ ਚੜ੍ਹੂਗਾ। ਅਤੇ ਕਹਿੰਦਾ ਅਸੀਂ ਆਪਣਾ 10,000 ਲਿੱਤਾ, ਅਸੀਂ ਜਾ ਕੇ ਆਪਣਾ ਸ਼ਰਾਬ ਸ਼ਰੂਬ ਪੀਣ ਲੱਗ ਪਏ ਪਾਰਟ। ਕਹਿੰਦਾ ਅਗਲੇ ਦਿਨ ਸਵੇਰੇ ਅਖਬਾਰ ਪੜ੍ਹੀ ਕਿ ਇਹਨਾਂ ਦਾ ਇਨਕਾਊਂਟਰ ਹੋ ਗਿਆ, ਤਿੰਨਾਂ ਦਾ ਟਰੈਕਟਰ 'ਤੇ ਜਾ ਰਹੇ ਸੀ ਤਾਂ ਪੁਲਿਸ ਨਾਲ ਇਨਕਾਊਂਟਰ ਹੋ ਗਿਆ, ਅਤੇ ਕਵਰਪਾਲ ਨੇ ਇਹਨਾਂ ਦਾ ਮੁੱਠਭੇੜ 'ਚ ਮਾਰਤੇ। ਯਾਰ ਕਿੱਡਾ ਦੇਖੋ ਤੁਸੀਂ ਯਾਰ ਰੌਂਗਟੇ ਖੜ੍ਹੇ ਕਰਦੇ ਨਾਲ ਹੀ ਆ ਗੱਲਾਂ। ਜਾਂ ਤਾਂ ਪਿੰਕੀ ਜੇ ਗਲਤ ਹੋਊਗਾ ਤਾਂ ਪਿੰਕੀ ਗਲਤ ਹੋਊਗਾ, ਸੁਮੇਧ ਸਿੰਘ ਸੈਣੀ ਸਹੀ ਹੋ ਸਕਦੇ ਨੇ, ਲੇਕਿਨ ਗੱਲ ਇਹ ਗੱਲ ਤਾਂ ਹੋਈ ਹੈ ਨਾ, ਜਾਂ ਫਿਰ ਪਿੰਕੀ ਨੇ ਕੀਤਾ ਹੋਊਗਾ, ਗੱਲ ਤਾਂ ਹੋਈ ਹੈ ਨਾ, ਮਨੁੱਖੀ ਅਧਿਕਾਰਾਂ ਦਾ ਹਨਨ ਤਾਂ ਹੋਇਆ ਨਾ, ਫੇਕ ਐਨਕਾਊਂਟਰ ਤਾਂ ਹੋਇਆ ਨਾ, ਅਤੇ ਇਹੀ ਤਾਂ ਗੱਲ ਆਪਾਂ ਕਰਦੇ ਪਏ ਹਾਂ ਵੀ ਠੀਕ ਹੈ ਪੰਜਾਬ ਪੁਲਿਸ ਨੇ ਅੱਤਵਾਦ ਦੇ ਦੌਰਾਨ ਜਿਹੜਾ ਵਾ ਇਹਨਾਂ ਦੇ ਵੀ ਜਵਾਨ ਅਫਸਰ ਸ਼ਹੀਦ ਹੋਏ ਹੈ, ਕਾਫੀ ਇਹਨਾਂ ਨੇ ਲੜਾਈ ਲੜੀ ਹੈ, ਬਹਾਦਰ ਨਾਲ ਲੜੀ ਹੈ, ਲੇਕਿਨ ਗੱਲ ਇਹ ਹੈ ਕਿ ਇੱਦਾਂ ਦੇ ਮਾਇੰਡ ਸੈੱਟ ਦੇ ਅਫਸਰ ਜਦੋਂ ਇੱਕ ਡੈਮੋਕਰੇਟਿਕ ਸੈੱਟਅਪ ਬਹਾਲ ਹੋ ਚੁੱਕਾ, ਪੰਜਾਬ 'ਚ ਅਮਨ ਸ਼ਾਂਤੀ ਆ ਚੁੱਕੀ ਹੈ, ਅੱਜ ਤੁਸੀਂ ਇਹ ਦੱਸੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਜਾ ਕੇ ਸਾਰੇ ਦੌੜੇ ਹੋਏ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਜਾ ਕੇ ਆਪਣੇ ਗੁਨਾਹ ਕਬੂਲਦੇ ਪਏ ਨੇ, ਇਹ ਸਾਰਾ ਪੇਚਾ ਚੱਲਿਆ ਕਿੱਥੋਂ ਹੈ? ਉਦੋਂ ਪੰਜਾਬ ਦੇ ਡੀ ਜੀ ਪੀ ਕੌਣ ਸੀਗੇ? ਸੁਮੇਧ ਸਿੰਘ। ਕਿੰਨਾ ਨੇ ਲਾਏ ਸੀ ਅਤੇ ਸੀਗੇ ਕੌਣ? ਸੁਮੇਧ ਸਿੰਘ ਸੈਣੀ। ਕੋਟਕਪੂਰਾ ਗੋਲੀਕਾਂਡ, ਬਹਿਬਲ ਗਲਾ ਗੋਲੀਕਾਂਡ, ਬੈਠੇ ਆ ਤੁਸੀਂ ਉੱਥੇ ਆ ਕੇ ਉਹੀ ਮਾਇੰਡ ਸੈੱਟ ਨਾਲ ਗੋਲੀਆਂ ਚਲਾਓ ਉਹਨਾਂ ਦੇ ਉੱਤੇ, ਮੁੜ ਕੇ ਇਹ ਕਹੋ ਜੀ ਇੱਥੇ ਐੱਫ ਆਈ ਆਰ ਵੀ ਨਹੀਂ ਹੋਣ ਦੇਣੀ, ਅਸੀਂ ਇੱਥੇ ਐੱਮ ਐੱਲ ਆਰ ਵੀ ਕੱਟਣ ਨਹੀਂ ਦੇਣੀ ਹੈ ਕੋਟਕਪੂਰੇ, ਅਤੇ ਸ਼ਹੀਦ ਵੀ ਕਰ ਦਿਓ। ਇਹ
ਮਾਇੰਡ ਸੈੱਟ ਮੈਨੂੰ ਇਹ ਨਹੀਂ ਸਮਝ ਆਈ। ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਬਟ ਪ੍ਰਕਾਸ਼ ਸਿੰਘ ਬਾਦਲ ਤਾਂ ਬਹੁਤ ਸਿਆਣੇ ਲੀਡਰ, ਮੈਂ ਉਹਨਾਂ ਦਾ ਬਹੁਤ ਸਤਿਕਾਰ ਦਾਂਗਾ। ਬਈ ਇਹ ਸੁਮੇਧ ਸਿੰਘ ਸੈਣੀ ਜਿਹਦੇ ਉੱਤੇ IS ਅਫਸਰ ਦੇ ਮੁੰਡੇ ਨੂੰ ਕਿਡਨੈਪ ਕਰਕੇ ਕਤਲ ਦਾ ਦੋਸ਼ ਹੈ, ਜਿਹਦੇ ਉੱਤੇ ਪ੍ਰੋਫੈਸਰ ਰਜਿੰਦਰ ਸਿੰਘ ਬੁਲਾਰਾ ਤੋਂ ਲੈ ਕੇ ਕਈ ਹੋਰ ਕੇਸ ਹੋਣੇ ਜਿਹੜੇ ਅਨਸੁਲਝੇ, ਉਹਨਾਂ 'ਤੇ ਕਤਲ ਦੇ ਦੋਸ਼ ਲੱਗਦੇ ਪਏ ਨੇ, ਤੁਸੀਂ ਉਹਨਾਂ ਨੂੰ DGP ਪੰਜਾਬ ਲਾ ਰਹੇ ਹੋ, ਉਹ ਵੀ ਉਸ ਪੰਥਕ ਸਟੇਟ ਦਾ DGP ਲਾ ਰਹੇ ਹੋ, ਸਵਾਲ ਤਾਂ ਖੜ੍ਹੇ ਹੋਣੇ ਲਾਜ਼ਮੀ ਹੈ। ਔਰ ਅੱਜ ਇਸੇ ਕਰਕੇ ਜੇ ਦੇਖੋ ਤੁਸੀਂ ਕਿੰਨੇ ਕੇਸ ਜਿਹੜੇ ਆ ਉਲਝੇ ਪਏ ਆ, ਨਾ ਬੇਅਦਬੀਆਂ ਦੇ ਕੇਸ ਦੇ ਵਿੱਚ ਕੋਈ ਇਨਸਾਫ਼ ਹੈਗਾ, ਕਿੱਥੇ ਖੜ੍ਹਾ ਬੇਅਦਬੀਆਂ ਦਾ ਕੇਸ। ਅੱਜ ਵੀ ਦੇਖ ਲਓ ਤੁਸੀਂ, ਰਾਮ ਰਹੀਮ ਦੇ ਕੇਸ ਜਿਹੜੇ ਆ ਉਹ ਵਾਪਸ ਲਿੱਤੇ ਗਏ, ਕਿੱਦਾਂ ਲਿੱਤੇ ਗਏ, ਉਦੋਂ ਗੱਲ ਨਹੀਂ ਸਮਝਦੇ, ਬਾਅਦ ਦੇ ਵਿੱਚ ਸੁਮੇਧ ਸਿੰਘ ਸੈਣੀ DGP ਬਣੇ ਪੰਜਾਬ ਦੇ। ਸੋ ਬਹੁਤ ਵੱਡੇ ਮਿਸਟੇਕ ਬਲੰਡਰ ਹੋਏ ਨੇ, ਠੀਕ ਹੈ, ਆਪਣੇ ਕੰਮ ਕੀਤਾ ਹੋਏਗਾ ਸੁਮੇਧ ਸਿੰਘ ਸੈਣੀ ਨੇ ਅੱਤਵਾਦ, ਲੇਕਿਨ ਇਹ ਵੀ ਤਾਂ ਦੇਖੋ ਨਾ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ, 10ਵੀਂ ਪਾਸ ਬੱਚਾ ਟੈਰਿਸਟ ਹੋ ਜਾਏਗਾ, ਕਿਹੜੇ ਕਿਹੜਾ ਕੌਣ ਕਹਿੰਦਾ ਕਿ 10ਵੀਂ ਪਾਸ ਬੱਚਾ ਤਾਂ ਹਜੇ ਉਹਨੂੰ ਆਪਣੀ ਸਮਝ ਨਹੀਂ ਹੁੰਦੀ ਕਿ ਮੈਂ ਕਿਹੜੀ ਦਿਸ਼ਾ 'ਚ ਜਾਣਾ, ਜੋ ਭਟਕ ਵੀ ਗਿਆ ਉਹਨੂੰ ਸਿੱਧੇ ਰਸਤੇ ਲਿਆਓ, ਕਿ 10ਵੀਂ ਪਾਸ ਬੱਚਾ ਮੈਂ ਨਹੀਂ ਸਮਝਦਾ ਕਿ ਅੱਤਵਾਦੀ ਬਣ ਸਕਦਾ। ਤੁਸੀਂ ਉਹਨਾਂ ਦੇ ਫੇਕ ਇਨਕਾਊਂਟਰ ਕਰ ਛੱਡੇ ਯਾਰ, ਇਹ ਕਹਿਣਾ ਸੌਖਾ ਯਾਰ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝੇ ਨੇ ਉਹਨਾਂ ਨੂੰ ਪੁੱਛੋ। ਤੁਸੀਂ ਉਹਨੀ ਗੱਲ ਕਰਦੇ ਸੀ ਡਾਕਟਰ ਸਾਹਿਬ ਕਿ 4 ਸਾਲ ਪਹਿਲਾਂ ਹੀ ਇਹਦੇ ਉੱਤੇ FIR ਚਲੋ ਦਰਜ ਹੋਈ ਹੈ, ਜੋ ਵੀ ਮਤਲਬ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ, ਜੇ 4 ਸਾਲ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਪਹਿਲਾਂ ਕਿਉਂ ਚੁੱਪ ਰਿਹਾ ਗਿਆ ਇੰਨੀ ਦੇਰ ਤੱਕ? ਮਾਮਲਾ ਤਾਂ ਪਹਿਲਾਂ ਹੀ ਸੀਗਾ, ਇਹ ਕੋਰਟ ਵਿੱਚ ਵੀ ਗਿਆ, 2007 'ਚ ਵੀ ਕੋਰਟ 'ਚ ਗਿਆ ਵਾ। ਗੱਲ ਤਾਂ ਇਹ ਹੈ ਕਿ ਪ੍ਰੋਪਰ ਐਵੀਡੈਂਸਿਸ ਆਉਣ ਤੋਂ ਬਾਅਦ ਕੋਰਟ ਦੀਆਂ ਡਾਇਰੈਕਸ਼ਨਾਂ ਹੋਈਆਂ ਵਾ, ਐਵੀਡੈਂਸਿਸ ਆਈਆਂ ਵਾ ਕੋਰਟ ਦੀਆਂ ਡਾਇਰੈਕਸ਼ਨਾਂ, ਪੋਲੀਟੀਕਲੀ ਕੌਣ ਸੁਣਦਾ ਯਾਰ? ਤੁਸੀਂ, ਮੈਂ ਤੁਹਾਨੂੰ ਇਹ ਦੱਸਦਾ ਪਿਆ ਜੀ, 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ 2012-17 ਤੱਕ, ਤੁਸੀਂ ਮੈਨੂੰ ਦੱਸ ਦਿਓ ਜੇ ਸੁਮੇਧ ਸਿੰਘ ਸੈਣੀ ਨੂੰ ਅੰਦਰ ਦਿੱਤਾ ਹੋਵੇ, ਦੱਸ ਦਿਓ ਤੁਸੀਂ ਮੈਨੂੰ ਦੱਸ ਦਿਓ 2012-17 ਤੱਕ ਜੇ ਬੇਅਦਬੀਆਂ ਨੂੰ ਇਨਸਾਫ ਮਿਲਿਆ ਹੋਵੇ, ਤੁਸੀਂ ਮੈਨੂੰ ਦੱਸ ਦਿਓ 12-17 ਤੱਕ ਜੇ ਕੋਟਕਪੂਰਾ ਬਹਿਬਲ ਗੱਲਾਂ ਗੋਲੀਕਾਂਡ 'ਚ ਇਨਸਾਫ ਮਿਲਿਆ ਹੋਵੇ, ਤੁਸੀਂ ਮੈਨੂੰ 12-17 ਤੱਕ ਦੱਸ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਰਾਮ ਰਹੀਮ ਜਾਂ ਉਹਨਾਂ ਦੇ ਸਾਥੀਆਂ ਨੂੰ ਅੰਦਰ ਦਿੱਤਾ ਗਿਆ ਹੋਵੇ, ਦੱਸ ਦਿਓ। ਸਿਰਫ ਰੌਲਾ ਰੱਪਾ ਹੀ ਪਿਆ, ਉਹ ਇੱਧਰੋਂ ਰੌਲਾ ਪਾਉਂਦੇ ਸੀ, ਉੱਧਰੋਂ ਰੌਲਾ ਪਾਉਂਦੇ ਸੀ, ਅਤੇ ਇਹ ਤਾਂ ਦੇਖੋ ਨਾ ਵੀ ਆਪਾਂ ਨੁਕਸਾਨ ਕਿੰਨਾ ਕਰਤਾ। ਮੈਂ ਤਾਂ ਕਹਿੰਦਾ ਦੱਸੋ ਕੀ ਕੀਤਾ, ਬਹਿ ਜਾਣ ਮੇਰੇ ਅੱਗੇ ਬਈ, ਜਿਹੜਾ 2012-2017 ਤੱਕ ਕਹਿੰਦੇ ਰਹੇ ਕੈਪਟਨ ਅਮਰਿੰਦਰ ਸਿੰਘ ਮੈਂ ਸੱਚੇ ਗੁਰੂ ਦਾ ਸਿੱਖ ਹਾਂ, ਕਿ 20 ਵਾਰੀ ਕਿਹਾ ਜੀ ਉਹਨਾਂ ਨੇ, ਸਾਡੇ 'ਤੇ 10ਵੇਂ ਪਾਤਸ਼ਾਹ ਦੀ ਬਹੁਤ ਮਿਹਰ ਹੈ, 10ਵੇਂ ਪਾਤਸ਼ਾਹ ਦੀ ਮਿਹਰ ਹੈ, ਅਤੇ ਅਸੀਂ ਆਹ 5 ਸਾਲ ਕੀ ਕੀਤਾ ਦੱਸੋ, ਚਲੋ ਇੱਦਾਂ ਛੱਡੋ। ਗੁਰੂ ਜੱਥੇ ਦਾ ਗੁਰਦੇਵ ਸਿੰਘ ਕੌਂਕੇ ਦੀ ਫਾਈਲ 97 ਦੀ ਪਈ ਸੀ, ਤੁਸੀਂ ਤਾਂ ਦੂਜੀ ਵਾਰ ਮੁੱਖ ਮੰਤਰੀ ਬਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਜਥੇਦਾਰ ਦੇ ਫੇਕ ਇਨਕਾਊਂਟਰ 'ਚ ਤੁਸੀਂ FIR ਨਹੀਂ ਕਰ ਸਕੇ, ਰਿਪੋਰਟ ਪਈ ਹੈ DGP ਦੀ, ਤੁਸੀਂ ਤਾਂ ਸਾਈਨ ਹੀ ਕਰਨੇ ਆ, ਤੁਸੀਂ ਤਾਂ ਕਹਿਣਾ ਹੀ ਆ ਨਾ, ਗੱਲ ਕਰ ਲੈਣ ਕੀ ਉੱਥੇ, ਮੈਨੂੰ ਇਹ ਦੱਸੋ ਕਿਹੜਾ ਉੱਥੇ ਜਿਹੜਾ ਨਕੋਦਰ ਦੇ ਵਿੱਚ 4 ਸਿੰਘ ਨੂੰ ਸ਼ਹੀਦ ਕਰਤਾ ਗਿਆ, ਕਿਹੜੀ ਉਹਦੀ ਰਿਪੋਰਟ ਅੱਜ ਤੱਕ ਜਨਤਕ ਹੋਈ ਹੈ, ਦੱਸੋ ਦੱਸੋ ਜੇ ਰਿਪੋਰਟ ਜਨਤਕ ਹੋਈ ਹੈ। ਮੇਰੇ ਨਾਲ 2012-17 ਤੱਕ ਰਹੇ, 2002-2007 ਤੱਕ ਰਹੇ, ਇਹ ਸਾਰਿਆਂ ਨੇ ਰਲ ਕੇ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਕੀਤਾ। ਉਹੀ ਦੇਖੋ, ਆਫਟਰ ਮੈਂ ਹੁਣ ਗੱਲ ਕਰਦਾ ਪੁਲਿਸ ਦੇ ਵਿੱਚ, ਸੁਮੇਧ ਸਿੰਘ ਸੈਣੀ ਤੋਂ ਬਾਅਦ ਇੱਕ ਦੌਰ ਜਿਹੜਾ ਨਾ, ਸੁਮੇਧ ਸਿੰਘ ਸੈਣੀ ਤੋਂ ਬਾਅਦ ਪੁਲਿਸ ਦੀ ਸਾਖ ਬਹੁਤ ਡਿੱਗ ਗਈ, ਡਿੱਗਣੀ ਵਾਜਬ ਵੀ ਸੀਗੀ, ਬਈ ਨਿਹੱਥੇ ਸਿੰਘਾਂ ਅਤੇ ਪੰਥਕ ਸਟੇਟ 'ਚ ਗੋਲੀਆਂ ਚੱਲ ਜਾਣ, ਸ਼ਹੀਦ ਕਰਤੇ ਜਾਣ ਸੜਕਾਂ 'ਤੇ, ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਨਜਾਇਜ਼ ਪਰਚੇ ਦੇ ਦਿੱਤੇ ਜਾਣ। ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸ ਤੋਂ ਬਾਅਦ ਸੁਰੇਸ਼ ਅਰੋੜਾ ਦਾ ਕਾਰਜਕਾਲ ਆਇਆ, ਬਹੁਤ ਛਵੀ ਨੂੰ ਧੋਇਆ ਉਹਨਾਂ ਨੇ, ਪੁਲਿਸ ਦੀ ਛਵੀ ਨੂੰ ਸੁਧਾਰਿਆ, ਦਿਨਕਰ ਗੁਪਤਾ ਦਾ ਕਾਰਜਕਾਲ ਆਇਆ, ਹੋਰ ਥੋੜ੍ਹੀ ਛਵੀ ਨੂੰ ਚੰਗਾ ਕੀਤਾ,
ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ ਪੁਲਿਸ ਪ੍ਰਤੀ। ਅਰਪਿਤ ਸ਼ੁਕਲਾ ਦਾ ਟਾਈਮ ਹੈ, ਡੀ ਜੀ ਪੀ ਲਾਅ ਐਂਡ ਆਰਡਰ ਹੈ, ਗੌਰਵ ਯਾਦਵ ਹੋਰਾਂ ਦਾ ਟਾਈਮ ਹੈ, ਆਰ ਐਨ ਢੋਕੇ ਹੋਰਾਂ ਦਾ ਟਾਈਮ ਹੈ। ਇਹਨਾਂ ਨੇ ਹੋਰ ਹੁਣ ਪੁਲਿਸ ਨੂੰ ਹੋਰ ਥੋੜ੍ਹਾ ਦੇਖਿਆ ਤੁਸੀਂ, ਸਹਿਯੋਗ ਹੈ, ਹੋਰ ਪ੍ਰੋਜੈਕਟ ਚੱਲ ਰਹੇ ਆ ਲੋਕਾਂ ਦੇ ਵਿੱਚ। ਇਹ ਕਿਉਂ ਕਰ ਰਹੇ ਨੇ ਗੌਰਵ ਯਾਦਵ, ਇੰਨੀ ਮਿਹਨਤ ਕਿਉਂ ਕਰ ਰਹੇ, ਇੰਨਾ ਕਿਉਂ ਦੌੜ ਰਹੇ ਸੜਕਾਂ 'ਤੇ, ਇੰਨੀ ਪੁਲਿਸ ਜਿਹੜੀ ਹੈ ਤੁਸੀਂ ਦੇਖਿਆ ਹੁਣ ਮੋਬੀਬਿਲਿਟੀ ਪੰਜਾਬ 'ਚ ਕਿਉਂ ਵਧੀਆ, ਵੀ ਲੋਕਾਂ 'ਚ ਉਹ ਵਿਸ਼ਵਾਸ ਪੈਦਾ ਕਰੀਏ ਜੋ 2015 ਤੱਕ ਪੁਲਿਸ ਦੇ ਪ੍ਰਤੀ ਲੋਕਾਂ 'ਚ ਅੱਗ ਫੈਲ ਗਈ ਸੀ। ਔਰ ਇੱਦਾਂ ਦੇ ਕੀ ਹੁੰਦਾ, ਇੱਦਾਂ ਦੇ ਵਕਤ ਦੇ ਵਿੱਚ ਜਦੋਂ ਤੁਸੀਂ ਆਵਾਜ਼ ਨੂੰ ਦਬਾਓ, ਪੰਥ ਨੂੰ ਕੁਚਲਣ ਦੀ ਕੋਸ਼ਿਸ਼ ਕਰੋ, ਆਵਾਜ਼ ਰਿਵਰਸ ਬੈਕ ਮਾਰਦੀ, ਬਾਊਂਸ ਬੈਕ ਮਾਰਦੀ ਹੈ ਅਤੇ ਰਿਵੋਲਟ ਹੋ ਜਾਂਦਾ, ਦੰਗੇ ਸ਼ੁਰੂ ਹੋ ਜਾਂਦੇ ਆ। ਔਰ ਉਹ ਟਾਈਮ ਉਹੀ ਸੀਗਾ, ਫਿਰ ਵੀ ਹਿੰਮਤ ਹੈ ਮੈਂ ਕਹਿੰਦਾ ਕੌਮ ਦੀ ਕਿ ਕੋਟਕਪੁਰਾ ਬਹਿਬਲ ਗਲਾ ਕੋਲੀ ਕਾਂਡ ਤੋਂ ਬਾਅਦ ਵੀ ਸਟੇਟ ਜਿਹੜਾ ਸਾਡਾ ਸੰਭਲ ਕੇ ਵਾਪਸ ਰਿਹਾ, ਨਹੀਂ ਤਾਂ ਕਿੰਨਾ ਬੁਰਾ ਹਾਲ ਹੁੰਦਾ ਤੁਸੀਂ ਦੇਖੋ। ਇੱਕ ਪੰਥਕ ਸਟੇਟ ਹੋਵੇ ਔਰ ਪੰਥਕ ਮੁੱਦਿਆਂ ਦੇ ਉੱਤੇ ਧਰਨਾ ਲੱਗਾ ਹੋਵੇ ਅਤੇ ਅਸੀਂ ਗੋਲੀਆਂ ਚਲਾ ਦਈਏ, ਅਤੇ ਗੋਲੀਆਂ ਚਲਾਉਣ ਲਈ ਵੀ ਅਸੀਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ ਕਹੀਏ ਗੱਡੀਆਂ ਲੈ ਕੇ ਆ ਕੇ ਇੱਥੇ ਗੋਲੀਆਂ ਚਲਾ ਦੇ, ਜਿਹਦੀ ਜੁਰੀਡਿਕਸ਼ਨ ਹੀ ਹੈ ਨਹੀਂ ਗੀ। ਸੋ ਮੈਂ ਇਹ ਕਿਸੇ ਦੀ ਇਹ ਨਹੀਂ ਕਹਿ ਰਿਹਾ, ਲੇਕਿਨ ਇਹ ਦੇਖੋ ਤੁਸੀਂ 2015 ਤੋਂ ਬਾਅਦ, 2017 'ਚ ਇਹਨਾਂ ਦੀ ਸਰਕਾਰ ਚੱਲੀ ਗਈ, 2017 ਤੋਂ ਬਾਅਦ ਅੱਜ 7 ਸਾਲ ਪੁਲਿਸ ਨੂੰ ਅੱਡੀਆਂ ਰਗੜ ਕੇ ਉਸ ਛਵੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਉਸ ਛਵੀ ਨੂੰ ਸੁਧਾਰਿਆ ਜਾ ਰਿਹਾ, ਕਈ ਜਿਹੜਾ ਵਾ ਮੈਂ ਕਈ ਵਾਰ ਸੋਚਦਾ ਵਾਂ ਬਈ ਯਾਰ ਉਹ ਦੌਰ ਅਤੇ ਅੱਜ ਦੇ ਦੌਰ ਦਾ ਫਰਕ ਹੈ, ਇਹ ਰਿਫੋਰਮ ਸੁਧਾਰ ਸ਼ੁਰੂ ਹੋ ਰਹੇ ਨੇ, ਉੱਥੇ ਤਾਂ ਗੱਲ ਹੀ ਕੋਈ ਨਹੀਂ ਸੁਣਦਾ ਸੀ। ਕਿਉਂਕਿ ਇੱਕ ਜਿਹੜਾ ਕੰਮ ਹੁੰਦਾ ਨਾ ਬਈ, ਮਾਇੰਡ ਸੈੱਟ ਹੁੰਦਾ, ਦੌਰ ਹੁੰਦਾ ਬਈ ਜਿਹੜਾ ਵਾ ਉਹ ਬਈ ਅਸੀਂ ਤਾਂ ਉਸ ਦੌਰ 'ਚ ਕੰਮ ਕੀਤਾ, ਕੋਈ ਕਿੰਤੂ ਪਰੰਤੂ ਨਹੀਂ, ਠੋਕ ਦਿਉ, ਮਾਇੰਡ ਸੈੱਟ ਹੋ ਜਾਂਦਾ ਨਾ ਬਈ ਠੀਕ ਆ ਯਾਰ ਲੈ ਜਾਓ ਉਹਨੂੰ ਘੋੜੀ ਝਾੜ ਦਿਉ। ਅਤੇ ਉਹ ਮਾਇੰਡ ਸੈੱਟ ਜਿਹੜਾ 15 ਤੱਕ ਪੰਜਾਬ ਦੇ ਵਿੱਚ ਬਣ ਗਿਆ ਸੀ, ਉਹਦਾ ਟੈਰਰ ਬਣਾ ਰਿਹਾ। ਔਰ ਉਹ ਟੈਰਰ ਦਾ ਨਤੀਜਾ ਨਾ ਕੇਸ ਚੱਲੇ, ਨਾ ਫੇਕ ਇਨਕਾਊਂਟਰਾਂ ਦੀਆਂ ਫਾਈਲਾਂ ਖੁੱਲੀਆਂ, ਹੁਣ ਹੌਲੀ ਹੌਲੀ ਸਾਰੇ ਜਸਟਿਸ ਲਈ, ਇਨਸਾਫ਼ ਲਈ ਨਿਕਲਦੇ ਪਏ ਆ। ਇਨਸਾਫ਼ ਵਾਸਤੇ ਨਿਕਲਦੇ ਪਏ ਆ, ਪਰ ਇਨਸਾਫ਼ ਮਿਲੇਗਾ ਨਹੀਂ, ਇਹ ਵਕਤ 'ਤੇ ਮੁਨੱਸਰ ਹੈ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰੋਵਾਂ ਇੰਡੀਆ ਪੰਜਾਬੀ 'ਤੇ।